ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਸਾਰੇ ਵੀ ਠੀਕ ਠਾਕ ਹੋਣਗੇ। ਸੋ ਵੀਰ ਜੀ, ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਬਈ ਕਦਰ ਦੀ। ਕਦਰ ਦਾ ਬਈ ਆ ਜਿਹੜਾ ਪਰਸੋਂ ਕੱਲ੍ਹ ਹੀ ਬਈ ਜਿਹੜਾ ਵਾ ਉਹਨਾਂ ਨੇ ਇੱਕ ਕਾਨੂੰਨ ਆ ਜਿਹੜਾ ਵਾ ਉਹ ਬਣਾ ਦਿੱਤਾ ਵਾ ਕਿ ਕਦਰ ਦੇ ਵਿੱਚ ਜਿਹੜੀ ਹੁਣ ਉਹਨਾਂ ਨੇ ਜਿਹੜਾ ਵਾ ਜਿਹੜੀ ਮਿਨੀਮਮ ਜਿਹੜੀ ਆ ਉਹ ਸੈਲਰੀ ਆ ਉਹ ਨਿਰਧਾਰਿਤ ਕਰਤੀ ਆ, ਵੀ ਉਹਨਾਂ ਨੇ ਇੱਕ ਫਿਕਸ ਕਰਤੀ ਆ ਜਿਹੜੀ ਆ ਘੱਟ ਤੋਂ ਘੱਟ ਜਿਹੜੀ ਸੈਲਰੀ ਆ ਉੱਥੇ ਉਹ ਕਿੰਨੀ ਹੋਊਗੀ, ਉਸ ਤੋਂ ਘੱਟ ਜਿਹੜਾ ਵਾ ਹੁਣ ਉੱਥੇ ਸੈਲਰੀ ਨਹੀਂ ਹੋਊਗੀ। ਸੋ ਬਈ ਇਹ ਕੱਲ੍ਹ ਹੀ ਜਿਹੜੀ ਆ ਉਹ ਉੱਥੇ ਨਿਊਜ਼ ਆਈ ਹੈ, ਕੱਲ੍ਹ ਹੀ ਪਤਾ ਲੱਗਾ ਮੈਨੂੰ। ਅਤੇ ਉਹਨਾਂ ਬਈ ਜਿਹੜਾ ਹੁਣ ਜਿੰਨੇ ਵੀ ਜਿਹੜੇ ਆ ਬਾਹਰੋਂ ਕੰਮ ਕਰਨ ਵਾਸਤੇ ਕਤਰ ਦੇ ਵਿੱਚ ਜਾਣਗੇ, ਜਿੱਦਾਂ ਇੰਡੀਆ ਤੋਂ, ਪਾਕਿਸਤਾਨ ਤੋਂ, ਕਿਸੇ ਵੀ ਕੰਟਰੀ ਤੋਂ, ਅਤੇ ਉਹਨਾਂ ਨੇ ਬਈ ਉੱਥੋਂ ਦੀ ਜਿਹੜੀ ਆ ਮਿਨੀਮਮ ਸੈਲਰੀ ਆ ਉਹ ਨਿਰਧਾਰਿਤ ਕਰਤੀ ਹੈ ਵੀ 1000 ਜਿਹੜਾ ਵਾ ਕਤਰੀ ਰਿਆਲ ਆ, ਉਸ ਤੋਂ ਘੱਟ ਬਈ ਹੁਣ ਕਿਸੇ ਦੀ ਉੱਥੇ ਸੈਲਰੀ ਨਹੀਂ ਹੋਊਗੀ। ਸੋ ਬਈ ਕਤਰ ਜਿਹੜਾ ਵਾ ਗਲਫ ਦਾ ਪਹਿਲਾ ਦੇਸ਼ ਬਣ ਗਿਆ, ਈਵਨ ਮਿਡਲ ਈਸਟ ਦਾ ਈਸਟ ਦਾ ਹੀ ਬਈ ਪਹਿਲਾ ਦੇਸ਼ ਬਣ ਗਿਆ ਜਿਹਨੇ ਬਈ ਇਹ ਜਿਹੜਾ ਬਹੁਤ ਵਧੀਆ ਜਿਹੜਾ ਵਾ ਇੱਕ ਕਾਨੂੰਨ ਆ ਜਿਹੜਾ ਵਾ ਉਹ ਬਣਾ ਦਿੱਤਾ ਵਾ। ਹੁਣ ਕੋਈ ਵੀ ਬਈ ਜਿਹੜਾ ਉੱਥੇ ਹੁਣ ਵਰਕਰ ਕੰਮ ਕਰਨ ਲਈ ਜਾਊਗਾ ਕਤਰ ਦੇ ਵਿੱਚ, ਉਹਦੀ ਜਿਹੜੀ ਸੈਲਰੀ ਆ ਉਹ ਬਈ 1000 ਜਿਹੜਾ ਕਤਰੀ ਰਿਆਲ ਆ ਉਹ ਤੋਂ ਘੱਟ ਨਹੀਂ ਹੋਊਗੀ। ਕਿਉਂਕਿ ਬਈ ਪਹਿਲਾਂ ਇੱਦਾਂ ਹੁੰਦਾ ਹੈਗਾ ਵੀ ਕੋਈ ਬਈ 600 ਰੁਪਏ ਚਲ ਗਿਆ ਨਾ, 600 ਦੇ ਕਿਸੇ ਦੀ 600 ਲੱਗ ਗਈ, ਕਿਸੇ ਦੀ 800 ਲੱਗ ਗਈ। ਹੁਣ ਬਈ ਇੱਦਾਂ ਨਹੀਂ ਆ, ਤੁਸੀਂ ਕਿਸੇ ਵੀ ਕੰਮ 'ਤੇ ਜਾਂਦੇ ਜੇ, ਭਾਵੇਂ ਕਿਸੇ ਦੇ ਘਰ ਕੰਮ ਕਰਨ ਜਾਣ ਡੇ ਜਾਂ ਕੰਪਨੀ 'ਚ ਕੰਮ ਕਰਨ ਜਾਣ ਡੇ ਜੇ, ਕੋਈ ਵੀ ਕੰਮ ਕਰਨ ਜਾਣ ਡੇ ਜੇ, ਬਈ ਜਿਹੜਾ ਤੁਹਾਡੀ ਸੈਲਰੀ ਆ ਉਹ 1000 ਕਤਰੀ ਰਿਆਲ ਤੋਂ ਘੱਟ ਨਹੀਂ ਹੋਊਗੀ। ਅਤੇ ਉਸ ਤੋਂ ਇਲਾਵਾ ਬਈ ਉਹਨਾਂ ਇਹ ਵੀ ਜਿਹੜਾ ਵਾ ਕਾਨੂੰਨ ਆ ਉਹ ਵੀ ਬਣਾਇਆ ਵਾ ਵੀ ਉੱਥੇ ਜੇ ਤਾਂ ਕੰਪਨੀ ਤੁਹਾਨੂੰ ਅਕੋਮੋਡੇਸ਼ਨ ਦੇਣ ਡਈ ਆ ਸਹੀ ਆ, ਜੇ ਤੁਹਾਨੂੰ ਇਹ ਕੰਪਨੀ ਆ ਜਾਂ ਜਿੱਥੇ ਤੁਸੀਂ ਕੰਮ ਕਰਨ ਜਾਣ ਡਿਓ ਤੁਹਾਨੂੰ ਅਕੋਮੋਡੇਸ਼ਨ ਨਹੀਂ ਦੇਣ ਡਈ ਜਾਂ ਸਹੀ ਨਹੀਂ ਆ ਤੁਹਾਡੀ ਅਕੋਮੋਡੇਸ਼ਨ, ਅਤੇ ਬਈ ਉਹਨੂੰ 500 ਜਿਹੜਾ ਕਤਰੀ ਰਿਆਲ ਆ ਹੋਰ ਜਿਹੜਾ ਉਹ ਤੁਹਾਨੂੰ ਦੇਣਾ ਪਊਗਾ, ਤੁਸੀਂ ਆਪ 'ਤੇ ਜਿਹੜੀ ਆ ਉਹ ਰਿਹਾਇਸ਼ ਉਹ ਲੈ ਕੇ ਤਾਂ ਤੁਸੀਂ ਰਹਿ ਸਕਦੇ ਜੀ। ਅਤੇ ਉਸ ਤੋਂ ਇਲਾਵਾ ਜੇ ਉਹ ਤੁਹਾਨੂੰ ਰੋਟੀ ਦੇਣ ਡੇ ਆ ਹੈ ਨਾ, ਰੋਟੀ ਦਾ ਖਰਚਾ ਜਿਹੜਾ ਵਾ ਉਹ 300 ਰਿਆਲ ਜਿਹੜਾ ਵਾ ਉਹਨਾਂ ਨੇ ਫਿਕਸ ਕਰਤਾ, ਜੇ ਉਹ ਰੋਟੀ ਦੇਣ ਡਿਆ ਤੁਹਾਨੂੰ ਸਹੀ ਆ, ਜੇ ਨਹੀਂ ਦੇਣ ਡੇ ਤਾਂ ਬਈ ਉਹਨਾਂ ਨੂੰ 300 ਜਿਹੜਾ ਰਿਆਲ ਆ ਹੋਰ ਤੁਹਾਨੂੰ ਜਿਹੜਾ ਵਾ ਉਹ ਪੇ ਕਰਨਾ ਪਊਗਾ। ਵੀ ਮੰਨ ਲਓ ਵੀ ਟੋਟਲ ਜਿੱਦਾਂ 1800 ਰਿਆਲ ਜਿਹੜਾ ਵਾ ਉਹ ਬਣ ਜਾਂਦਾ ਵਾ ਜੇ, ਬਟ ਬਈ ਜੇ ਤੁਹਾਨੂੰ ਅਕੋਮੋਡੇਸ਼ਨ ਵੀ ਦੇਣ ਡਿਆ ਅਤੇ ਰੋਟੀ ਵੀ ਦੇਣ ਡਿਆ, ਫਿਰ ਬਈ ਜਿਹੜੀ ਤੁਹਾਡੀ ਸੈਲਰੀ ਆ ਉਹ 1000 ਤੋਂ ਘੱਟ ਨਹੀਂ ਹੋਊਗੀ, ਵੀ 1000 ਤੋਂ ਵੱਧ ਹੋ ਸਕਦੀ ਹੈ ਉਹ ਤੁਹਾਡੇ ਜਿਹੜੇ ਕੰਮ ਦੇ ਹਿਸਾਬ ਨਾਲ, ਤੁਸੀਂ ਕਿਹੜੇ ਕੰਮ 'ਚ ਜਾਣ ਡੇ ਜੇ ਹੈ ਨਾ, ਕੀ ਕੰਮ ਕਰਦੇ ਜੇ ਉਸ ਹਿਸਾਬ ਨਾਲ ਤੁਹਾਡੀ ਜਿਹੜੀ ਸੈਲਰੀ ਲੱਗੂਗੀ। ਬਟ ਹਾਂ, ਕੋਈ ਵੀ ਤੁਸੀਂ ਕੰਮ ਕਰਨ ਜਾਣ ਡੇ ਬਈ ਤੁਹਾਡੀ ਜਿਹੜੀ ਸੈਲਰੀ ਆ ਉਹ 1000 ਕਤਰੀ ਰਿਆਲ ਤੋਂ ਜਿਹੜੀ ਆ ਉਹ ਘੱਟ ਹੁਣ ਨਹੀਂ ਹੋਊਗੀ। ਇਹ ਬਈ ਕੱਲ੍ਹ ਜਿਹੜੀ ਨਿਊਜ਼ ਆਈ ਆ, ਕੱਲ੍ਹ ਹੀ ਪਤਾ ਲੱਗਾ ਵਾ, ਅਤੇ ਬਹੁਤ ਵਧੀਆ ਬਈ ਇਹ ਪਹਿਲਾ ਦੇਸ਼ ਜਿਹੜਾ ਕਤਰ ਬਣ ਗਿਆ ਵਾ ਇੱਥੋਂ ਗਲਫ ਦਾ, ਜਿਹਨੇ ਬਈ ਇਹ ਜਿਹੜਾ ਵਾ ਕਾਨੂੰਨ ਆ ਇਹ ਬਣਾਇਆ ਵਾ। ਅਤੇ ਇੱਕ ਗੱਲ ਬਈ ਮੈਂ ਹੋਰ ਦੱਸਦਾ ਬਈ ਕੱਲ੍ਹ ਦੇ ਜਾਣੀ ਕਿ ਵੀ ਲੋਕਾਂ ਨੂੰ ਪਤਾ ਹੈ ਨਹੀਂ ਪੂਰੇ ਹੈ ਨਾ ਗੱਲ ਦਾ, ਅਤੇ ਉਹ ਬਸ ਇੱਦਾਂ ਹੀ ਜਿਹੜਾ ਵਾ ਉਹ ਅਫਵਾਹਾਂ ਹੀ ਫੈਲਾਈ ਜਾਣ ਡਿਆ ਵੀ ਅੱਜ ਤੋਂ ਹੀ ਹੋ ਜਾਣਾ ਸਟਾਰਟ, ਜਾਂ ਹੈ ਨਾ ਵੀ ਤੁਸੀਂ ਕੰਪਨੀਆਂ ਕੋਲ ਜਾ ਕੇ ਅੱਜ ਹੀ ਜਾ ਕੇ ਉਹਨਾਂ ਨੂੰ ਕਹੋ ਵੀ ਸਾਡੀ ਜਿਹੜੀ ਆ ਸੈਲਰੀ ਵਧਾ ਦਿਓ ਜੇ ਤੁਹਾਡੀ ਸੈਲਰੀ ਘੱਟ ਆ। ਬਈ ਇੱਦਾਂ ਨਹੀਂ ਆ, ਇਹ ਬਈ ਹੁਣ ਕਦਰ ਗੌਰਮੈਂਟ ਨੇ ਜਿੱਦਾਂ ਵੀ ਉਹਨਾਂ ਨੇ ਬਿੱਲ ਹਜੇ ਪਾਸ ਕੀਤਾ ਵਾ, ਇਹ ਬਿੱਲ ਪਾਸ ਹੋ ਗਿਆ ਵਾ, ਇਹਦੇ ਵਾਸਤੇ ਬਈ ਉਹਨਾਂ ਨੇ ਵੱਖਰੀ ਜਿਹੜੀ ਇੱਕ ਕਮੇਟੀ ਉਹ ਬਣਾ ਦਿੱਤੀ ਆ, ਉਹ ਬਈ ਹੁਣ ਸਾਰਾ ਵੇਖੂਗੀ। ਅਤੇ ਬਈ ਉਹ ਕਮੇਟੀ ਨੇ 6 ਮਹੀਨੇ ਦਾ ਟਾਈਮ ਮੰਗਿਆ ਵਾ ਵੀ 6 ਮਹੀਨੇ ਤੱਕ ਬਈ ਜਿਹੜਾ ਇਹ ਕਾਨੂੰਨ ਆ ਉੱਥੇ ਲਾਗੂ ਹੋ ਜੂਗਾ। ਇਹ ਨਹੀਂ ਆ ਵੀ ਕੱਲ੍ਹ ਹੀ ਬਈ ਜਿਹੜਾ ਵਾ ਹਜੇ ਐਲਾਨ ਹੋਇਆ ਅਤੇ ਅੱਜ ਤੋਂ ਜਿਹੜਾ ਇਹ ਅਲੱਗ ਹੋਊਗਾ, ਇੱਦਾਂ ਨਹੀਂ ਆ। ਉਹਨਾਂ 6 ਮਹੀਨੇ ਤੱਕ ਦਾ ਟਾਈਮ ਮੰਗਿਆ ਕਿਉਂਕਿ ਬਈ ਉਹਨਾਂ ਨੂੰ ਬਹੁਤ ਸਾਰੇ ਹੁਣ ਜਿਹੜੇ ਐਗਰੀਮੈਂਟ ਆ ਉਹ ਚੇਂਜ ਕਰਨੇ ਪੈਣੇ ਆ, ਕਿਉਂਕਿ ਜਦੋਂ ਵੀ ਕੋਈ ਬੰਦਾ ਬਾਹਰ ਜਾਂਦਾ ਵਾ ਕਿਸੇ ਵੀ ਕੰਪਨੀ 'ਚ ਕੰਮ ਕਰਨ ਲਈ ਜਾਂਦਾ, ਪਹਿਲਾਂ ਉਹਦਾ ਐਗਰੀਮੈਂਟ ਹੁੰਦਾ ਵੀ ਅਸੀਂ ਇੰਨੀ ਤੈਨੂੰ ਸੈਲਰੀ ਦਾਂਗੇ, ਆਹ ਜਿਹੜੀਆਂ ਫੈਸਿਲਿਟੀਆਂ ਤੈਨੂੰ ਦਾਂਗੇ। ਹੁਣ ਬਈ ਉਹ ਸਾਰਾ ਜਿਹੜੇ ਆ ਐਗਰੀਮੈਂਟ ਉਹਨਾਂ ਨੂੰ ਸਾਰੇ ਚੇਂਜ ਕਰਨੇ ਪੈਣੇ, ਜਿਨ੍ਹਾਂ 'ਤੇ ਜਿਹੜੇ ਸੈਲਰੀ 1000 ਜਿਹੜਾ ਕਤਰੀ ਰਿਆਲ ਤੋਂ ਘੱਟ ਆ। ਇਸ ਕਰਕੇ ਬਈ ਉਹ ਕਮੇਟੀ ਨੇ 6 ਮਹੀਨੇ ਦਾ ਟਾਈਮ ਮੰਗਿਆ ਵਾ, ਅਤੇ ਬਈ ਜਿਹੜਾ ਕਾਨੂੰਨ ਆ 6 ਮਹੀਨੇ ਤੱਕ ਜਿਹੜਾ ਲਾਗੂ ਹੋ ਜੂਗਾ। ਬਟ ਹਾਂ, ਇਹ ਜਿਹੜੀ ਨਿਊਜ਼ ਇਹ ਕਨਫਰਮ ਹੋ ਗਈ ਹੈ ਵੀ ਹਾਂ ਇਹ ਪੱਕੀ ਨਿਊਜ਼ ਆ ਵੀ ਜਿਹੜਾ ਇਹ ਕਾਨੂੰਨ ਆ ਇਹ ਬਣੂਗਾ। ਕਾਨੂੰਨ ਤਾਂ ਚਲੋ ਵੀ ਪਾਸ ਹੋ ਗਿਆ, ਹੁਣ 6 ਮਹੀਨੇ ਤੱਕ ਇਹਨਾਂ ਨੂੰ ਇੰਪਲੀਮੈਂਟ ਜਿਹੜਾ ਉਹ ਕਰ ਦੇਣਗੇ। ਸੋ ਇਸ ਕਰਕੇ ਜਿੰਨੇ ਵੀ ਵੀਰ ਕਤਰ ਦੇ ਵਿੱਚ ਹੈ ਨਾ ਜਾਣਾ ਚਾਹੁੰਦੇ ਜਾਂ ਕਤਰ ਦੇ ਵਿੱਚ ਹੈ ਵਾ, ਇਹ ਬਈ ਤੁਸੀਂ ਅੱਜ ਹੀ ਜਿੱਦਾਂ ਵੀ ਕੱਲ੍ਹ ਇਹ ਤੋਂ ਕਿਹੜਾ ਕਾਨੂੰਨ ਬਣਿਆ, ਤੁਸੀਂ ਅੱਜ ਜਾ ਕੇ ਜਿਹੜਾ ਆਪਣੀ ਕੰਪਨੀ ਨੇ ਤਾਂ ਗੱਲ ਕਰੋ, ਉਹ ਯਾਨੀ ਕਿ ਹਜੇ ਨਹੀਂ ਹੈ 6 ਮਹੀਨੇ ਤੱਕ ਜਿਹੜਾ ਕਾਨੂੰਨ ਜਦੋਂ ਲਾਗੂ ਹੋਊਗਾ ਤਾਂ ਕਿ ਬਈ ਆਟੋਮੈਟਿਕ ਜਿਹੜਾ ਤੁਹਾਡਾ ਵਾ ਇਹ ਕੰਪਨੀਆਂ ਜਿਹੜੀਆਂ ਤੁਹਾਨੂੰ ਉਹ ਕਰ ਦੇਣਗੀਆਂ ਹੈ ਨਾ, ਜੇ ਤੁਹਾਡੀ ਸੈਲਰੀ 1000 ਕਤਰੀ ਰਿਆਲ ਤੋਂ ਘੱਟ ਆ ਅਤੇ ਉਹ ਜਿਹੜੀ ਸੈਲਰੀ ਹੈ ਤੁਹਾਡੀ ਉਹ ਵਧਾ ਦੇਣਗੀਆਂ। ਅਤੇ ਜੇ ਬਈ ਜੇ ਅਕੋਮੋਡੇਸ਼ਨ ਉਹ ਤੁਹਾਨੂੰ ਨਹੀਂ ਦੇਣੀ ਆ ਤਾਂ ਬਈ 500 ਰਿਆਲ ਜਿਹੜਾ ਵਾ ਉਹ ਤੁਹਾਨੂੰ ਉਹਨਾਂ ਨੂੰ ਪੇ ਕਰਨਾ ਪਊਗਾ, ਅਤੇ ਜੇ ਰੋਟੀ ਉਹ ਦੇਣ ਡੇ ਆ ਠੀਕ ਆ, ਜੇ ਨਹੀਂ ਦੇਣ ਡੇ ਤਾਂ 300 ਕਿਹੜੀ ਉਹਨਾਂ ਨੇ ਰੋਟੀ ਦਾ ਵੀ ਜੋੜਿਆ ਵਾ। ਵੀ ਜੇ ਤਾਂ ਦੋਵੇਂ ਚੀਜ਼ਾਂ ਬਈ ਅਕੋਮੋਡੇਸ਼ਨ ਕੰਪਨੀ ਜਾਂ ਮੋਸਟਲੀ ਬਈ ਜੇ ਤੁਸੀਂ ਕੰਪਨੀ ਦੇ ਵੀਜ਼ੇ ਜਾਂਦੇ ਬਈ ਕੰਪਨੀ ਜਿਹੜੀ ਅਕੋਮੋਡੇਸ਼ਨ ਤੁਹਾਨੂੰ ਦਿੰਦੀ ਆ ਹੈ ਨਾ, ਰੋਟੀ ਦਾ ਉਹ ਰੋਟੀ ਖਰਚਾ ਦੇ ਦਿੰਦੇ ਆ, ਜੇ ਦੋਵੇਂ ਚੀਜ਼ਾਂ ਤੁਹਾਨੂੰ ਨਹੀਂ ਦੇਣ ਡੇ ਤਾਂ ਫਿਰ ਬਈ ਉਹ ਤੁਹਾਨੂੰ ਜਿਹੜਾ ਵਾ 800 ਰਿਆਲ ਜਿਹੜਾ ਹੋਰ ਉਹ ਪੇ ਕਰਨਗੇ। ਜੇ ਅਦਰਵਾਈਜ਼ ਜੇ ਉਹ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਦੇਣ ਡੇ ਤਾਂ ਫਿਰ ਬਈ ਜਿਹੜੀ ਤੁਹਾਡੀ ਸੈਲਰੀ ਜੇ 1000 ਕਤਰੀ ਰਿਆਲ ਤੋਂ ਘੱਟ ਆ ਤਾਂ ਉਹ ਬਈ ਉਹਨਾਂ ਨੂੰ 1000 ਤੋਂ ਘੱਟ ਜਿਹੜਾ
ਸੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।